ਅਨਮੋਲ ਕੀ ਸਮਝੀ ਕਿਉਂਕਿ ਜਿਸ ਹਿਸਾਬ ਦੇ ਨਾਲ ਉਹਪਰੇਸ਼ਨ ਲੂਟਸ ਤੇ ਲਗਾਤਾਰ ਸਿਆਸਤ ਹੋ ਰਹੀ ਹੈ ਤਾਂ ਬੀਤੇ ਦਿਨ ਦਾ ਜਿਹੜਾ ਦੌਰ ਰਿਹਾ ਉਹ ਪ੍ਰੈਸ ਕਾਨਫਰੰਸ ਦਾ ਦੌਰ ਰਿਹਾ ਤੇ ਖਾਸ ਤੌਰ ਤੇ ਮਾਨਯੋਗ ਉੱਪਰਲੀਆਂ ਅਦਾਲਤਾਂ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀਆਂ ਜਿਹੜੀਆਂ ਨੇ ਉਹ ਮੰਗਾਂ ਰੱਖੀਆਂ ਜਾ ਰਹੀਆਂ ਨੇ ਵਕਫੂ ਸਿਆਸੀ ਦਲਾਂ ਦੁਆਰਾ ਬਿਲਕੁਲ ਦੇਖੋ ਗੁਰਪ੍ਰੀਤ ਕਿਉਂਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਆ ਉਸ ਤੋਂ ਸ਼ੁਰੂ ਕਰਦੇ ਆ ਜਦੋਂ ਇਹ ਪਹਿਲੀ ਪ੍ਰੈਸ ਕਾਨਫਰੰਸ ਹੋਈ ਆਪਰੇਸ਼ਨ ਲੋਟਸ ਨੂੰ ਐਕਸਪੋਜ਼ ਕਰਨ ਲਈ ਪਹਿਲੀ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਆ ਆਮ ਆਦੀ ਪਾਰਟੀ ਵੱਲੋਂ ਕੀਤੀ ਜਾਂਦੀ ਹੈ ਉਸ ਤੋਂ ਅਗਲੇ ਦਿਨ ਜਿਹੜਾ ਕਿ ਆ ਡੀਜੀਪੀ ਪੰਜਾਬ ਦੇ ਕੋਲ ਜਾ ਕੇ ਕੰਪਲੇਂਟ ਸੌਪਦੇ ਆ ਤੇ ਇਹ ਕਿਹਾ ਜਾਂਦਾ ਕਿ ਇੱਕ ਦਿਨ ਪਹਿਲਾਂ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੂੰ ਥ੍ਰੈਟਨਿੰਗ ਕਾਲਸ ਆਈਆਂ ਨੇ ਉਹਨਾਂ ਨੂੰ ਧਮਕੀਆਂ ਆਈਆਂ ਉਹਨਾਂ ਨੂੰ ਉਹਨਾਂ ਦੀ ਜਾਨ ਦੀ ਧਮਕੀ ਉਹਨਾਂ ਦੇ ਪਰਿਵਾਰ ਦੇ ਜਾਨ ਦੀ ਧਮਕੀ ਜਿਹੜੀ ਦਿੱਤੀ ਗਈ ਹੈ ਉਸ ਤੋਂ ਬਾਅਦ ਜਿਹੜਾ ਕੀ ਹੈ ਪੰਜਾਬ ਡੀਜੀਪੀ ਨੂੰ ਕੰਪਲੇਂਟਸ ਆਪੀ ਜਾਂਦੀ ਹੈ ਤੇ ਇੱਕ ਐਫ ਆਈ ਆਰ ਵੀ ਲੋਜ ਹੋ ਜਾਂਦੀ ਹੈ ਹਾਲਾਂਕਿ ਕੀ ਕੁਝ ਕਿਹੜੇ ਕਿਹੜੇ ਨਾਸਿਕ ਕਿਹੜੇ ਕਿਹੜੇ ਲੀਡਰਸ਼ਿਪ ਕਿਹੜੇ ਕਿਹੜੇ ਸਬੂਤ ਹੈ ਆਮ ਆਦਮੀ ਪਾਰਟੀ ਕੋਲ ਇਸ ਚੀਜ਼ ਨੂੰ ਦੱਸਣ ਤੋਂ ਗੁਰੇਸ਼ ਜਿਹੜਾ ਕਿਹਾ ਜ਼ਰੂਰ ਕੀਤਾ ਜਾ ਰਿਹਾ ਜਿਸ ਦੇ ਉੱਤੇ ਲਗਾਤਾਰ ਸਵਾਲ ਵੀ ਖੜੇ ਹੋ ਰਹੇ ਨੇ ਵਿਰੋਧੀ ਧਿਰ ਲਗਾਤਾਰ ਪੁੱਛ ਰਿਹਾ ਕਿ ਕਿਹੜੇ ਉਹ ਲੀਡਰ ਹੈ ਉਹ ਦੱਸੋ ਕਿ ਜਿਨ੍ਹਾਂ ਨੇ ਪਹਿਲਾਂ ਪੈਸੇ ਆਫਰ ਕੀਤੇ ਤਾਂ ਉਸ ਤੋਂ ਬਾਅਦ ਧਮਕੀ ਦਿੱਤੀ ਇਹ ਤਾਂ ਆਮ ਚੀਜ਼ਾਂ ਜਿਹੜੀ ਕਿ ਚੱਲ ਰਹੀਆਂ ਉਸ ਤੋਂ ਬਾਅਦ ਕੱਲ ਦਾ ਜਿਹੜਾ ਦਿਨ ਆਪਾਂ ਵੇਖੀਏ ਤਾਂ ਕੱਲ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਆਮ ਆਦਮੀ ਪਾਰਟੀ ਵੱਲੋਂ ਸਾਫ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਤੇ ਕਾਂਗਰਸ ਜਿਹੜੀ ਕੀ ਹੈ ਇਹ ਭਾਜਪਾ ਦੀ ਬੋਲੀ ਬੋ ਜੇਪੀ ਦਾ ਸਾਥ ਦੇ ਰਹੀ ਹੈ ਕਿਉਂਕਿ ਉਹਨਾਂ ਵੱਲੋਂ ਸਾਫ ਤੌਰ ਤੇ ਇਹ ਕਹਿਆ ਗਿਆ ਕਿ ਕੋਈ ਵੀ ਹੋ ਜਾਏ ਲੋਟਰਸ ਆਪਰੇਸ਼ਨ ਤਾਂ ਹੈਗਾ ਹੀ ਨਹੀਂ ਇਹ ਸਿਰਫ ਜਿਹੜਾ ਕੀ ਹੈ ਆਪ ਜਿਹੜੀ ਆਮ ਆਦਮੀ ਪਾਰਟੀ ਆ ਮੁੰਡਾ ਦਾ ਪਟਕਾਉਣ ਦੇ ਲਈ ਕਰ ਰਹੀ ਹੈ ਤਾਂ ਇਸ ਚੀਜ਼ ਦੇ ਉੱਪਰ ਵੀ ਜਿਹੜਾ ਕੀ ਸਵਾਲ ਚੱਕਿਆ ਗਿਆ ਕੱਲ ਪੰਜਾਬ ਦੇ ਫਾਈਨੈਂਸ ਮੰਤਰੀ ਹਰਪਾਲ ਸਿੰਘ ਟੀਮਾ ਵੱਲੋਂ ਇਹ ਚੀਜ਼ ਕਹੀ ਗਈ ਕਿ ਕਾਂਗਰਸ ਜਿਹੜੀ ਕੀ ਹੈ ਪੰਜਾਬ ਕਾਂਗਰਸ ਜਿਹੜੀ ਹੈ ਖਾਸ ਤੌਰ ਤੇ ਕੈਟੇਗੋਰਿਕਲੀ ਕਿ ਇਹ ਵੀ ਭਾਜਪਾ ਦਾ ਭਾਜਪਾ ਦੀ ਬੀ ਟੀਮ ਹੈ ਜਿਹੜੀ ਸ਼ਰਮਣੀ ਅਕਾਲੀ ਦਾ ਲੈ ਇਹਨਾਂ ਦਾ ਤਾਂ 9 ਮਾਰਚ ਦਾ ਰਿਸ਼ਤਾ ਸੀਗਾ ਤਾਂ ਲੱਗਦਾ ਉਹ ਨਾ ਮਾਸਦਰਸ਼ਤਾ ਦੁਬਾਰਾ ਕਾਇਮ ਹੁੰਦਾ ਨਜ਼ਰ ਆ ਰਿਹਾ ਤਾਂ ਇਹਨਾਂ तमाम ਚੀਜ਼ਾਂ ਦੇ ਉੱਪਰ ਕਿਹਾ ਜਾ ਸਕਦਾ ਕਿਤਨੇ ਕਿਤੇ ਕਿ ਹੁਣ ਸਿਆਸਤ ਜ਼ਰੂਰ ਸ਼ੁਰੂ ਹੋ ਚੁੱਕੀ ਐ ਇਸ ਆਪਰੇਸ਼ਨ ਲੋਟਸ ਤੇ ਇੱਕ ਪਾਸੇ ਜਿਹੜੀ ਕੀ ਹੈ ਭਾਜਪਾ ਵੱਲੋਂ ਜਿਹੜਾ ਕਿਹਾ ਜਾਂਦਾ ਹੈ ਕਿ ਜਿਹੜੀ ਇਨਵੈਸਟੀਗੇਸ਼ਨ ਆ ਉਹ ਹਾਈ ਕੋਰਟ ਦੇ ਸਿਟਿੰਗ ਜਜ ਤੋਂ ਕਰवानी ਚਾਹੀਦੀ ਹੈ ਉਤਹੀਂ ਉਸ ਤੋਂ ਬਾਅਦ ਹਰਪਾਲ ਸਿੰਘ ਚੀਮਾ ਕਹਿੰਦੇ ਨੇ ਕਿ ਜਿਹੜੀ ਇਨਵੈਸਟੀਗੇਸ਼ਨ ਆ ਉਹ ਸੁਪਰੀਮ ਕੋਰਟ ਦੇ ਸਿਟਿੰਗ ਜਜ ਤੋਂ ਕਰਾਉਣੀ ਚਾਹੀਦੀ ਹੈ ਉਸ ਤੋਂ ਬਾਅਦ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਇਨਵੈਸਟੀਗੇਸ਼ਨ ਜਿਹੜੀ ਕੀ ਹੈ ਈਡੀ ਤੇ ਸੀਬੀਆਈ ਵੱਲੋਂ ਜਿਹੜੀ ਕਿ ਕੀਤੀ ਜਾਣੀ ਚਾਹੀਦੀ ਹੈ ਜਿਸ ਦਾ ਲਈ ਅੱਜ 11 ਵਜੇ ਦੇ ਕਰੀਬ ਇੱਕ ਪੁਲਿਸ ਕੰਪਲੇਂਟ ਵੀ ਜਿਹੜੀ ਕੀ ਹੈ ਕਰਾਉਣ ਜਾ ਰਹੇ ਨੇ ਵਿਕਰਮ ਸਿੰਘ ਮਜੀਠੀਆ ਤੇ ਨਾਲ ਉਹਨਾਂ ਦੇ ਸ਼ਰਮਨੇ ਕਾਲੇ ਦਲ ਦੀ तमाम ਲੀਡਰਸ਼ਿਪ ਜਾਣੇ ਕਿ ਤਰ੍ਹਾਂ ਕਿਤੇ ਕਿਹਾ ਜਾ ਸਕਦਾ ਹੈ ਕਿ ਇਸ ਵਕਤ ਪੰਜਾਬ ਦੀ ਸਿਆਸਤ ਦਾ ਸਭ ਤੋਂ ਜ਼ਿਆਦਾ ਸਰਗਰਮ ਮੁੱਦਾ ਆਪਰੇਸ਼ਨ ਲੋਟਸ ਜੋ ਕਿ ਜਿਸ ਦਾ ਖੁਲਾਸਾ ਕਿ ਤਰ੍ਹਾਂ ਕਿਤੇ ਪੰਜਾਬ ਸਰਕਾਰ ਜਾਂ ਫਿਰ ਕਿਹਾ ਜਾਵੇ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਪਰ ਅਨਮੋਲ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਇਹ ਲੋਕਾਂ ਦੇ ਜ਼ਿਹਨ ਚ ਸਵਾਲ ਹੈ ਕਿ ਆਪਰੇਸ਼ਨ ਲੂਟਸ ਦੀ ਜਿਹੜੀ ਗੱਲ ਹੋ ਰਹੀ ਹੈ ਉਸ ਬਾਬਤ ਭਾਵੇਂ ਕੋਈ ਵੀ ਵਿਧਾਇਕ ਹੈ ਉਹ ਅੱਗੇ ਕੀ ਸਪਸ਼ਟ ਕਰੇ ਕਿ ਉਸ ਦੀ ਕਿਸ ਦੇ ਨਾਲ ਗੱਲ ਹੋਈ ਹੈ ਜਾਂ ਫਿਰ ਕਿਸ ਅੰਦਾਜ਼ ਦੇ ਨਾਲ ਇਹ ਗੱਲ ਦੀ ਸ਼ੁਰੂਆਤ ਹੋਈ ਹੈ ਕਿਹਨਾ ਕਿਹਨਾ ਦੇ ਨਾਲ ਨੂੰ ਜਾਂ ਫਿਰ ਕਹਿ ਸਕਦੇ ਕਿ ਆਫਰ ਆਈ ਹੋ ਸਕਦੀ ਹੈ ਇਹ ਜਦ ਤੱਕ ਜਨਤਕ ਨਹੀਂ ਹੁੰਦੀ ਗੱਲ ਉਦੋਂ ਤੱਕ ਇਹ ਸਾਰਾ ਕੁਝ ਜਿਹੜਾ ਲੱਗ ਰਿਹਾ ਹੈ ਭੰਬਲ ਪੂਸੇ ਦੇ ਵਿੱਚ ਪਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਦੂਸਰੇ ਪਾਸੇ ਸਿਆਸਤ ਵੀ ਲਗਾਤਾਰ ਤੇ ਕਰ ਮੋਦੀ ਹੋਈ ਨਜ਼ਰ ਆ ਰਹੀ ਹੈ ਭਾਵੇਂ ਮਾਨਯੋਗ ਉਪਰਲੀ ਅਦਾਲਤਾਂ ਤੋਂ ਇਸ ਦੀ ਜਾਂਚ ਕਰਵਾਉਣ ਦੀ ਮੰਗ ਲਗਾਤਾਰ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਜੇ ਬਿਲਕੁਲ ਤਾਂ ਕੋਈ ਵਿਰੋਧੀ ਧਿਰ ਵੱਲੋਂ ਸਾਫਤਾਰ ਤੇਹੀ ਗੱਲ ਬਾਰ-ਬਾਰ ਕਹੀ ਜਾ ਰਹੀ ਹੈ ਕਿ ਜੇਕਰ ਲੀਡਰਸ ਦਾ ਨਾਮ ਪਤਾ ਤਾਂ ਉਹ ਜਨ ਤੱਕ ਕਰੋ ਜਿਹੜੀ ਕੰਪਲੇਂਟ ਹੈ ਜਿਹੜੀ ਐਫ ਆਈ ਆਰ ਹੈ ਉਹ ਅਣਪਛਾਤੇ ਲੋਕਾਂ ਦੇ ਖਿਲਾਫ ਹੋਈ ਹੈ ਅਣਪਛਾਤੇ ਲੋਕਾਂ ਦੇ ਖਿਲਾਫ ਕਿਉਂ ਹੁੰਦੀ ਹੈ ਜੇਕਰ ਵਿਧਾਇਕਾਂ ਨੂੰ ਪਤਾ ਹੈ ਕਿ ਕਿਹੜੇ ਲੀਡਰਸ ਨੇ ਪੰਜਾਬ ਦੇ ਬੀ ਜੀ ਪੀ ਦੇ ਕਿਹੜੇ ਲੀਡਰਸ ਨੇ ਨਾ ਕੇਂਦਰ ਦੇ ਬੀ ਜੀ ਪੀ ਦੇ ਕਿਹੜੇ ਲੀਡਰਸ ਨੇ ਜਿਹੜੇ ਕਿ ਇਸ ਆਪਰੇਸ਼ਨ ਨੋਟਸ ਦੇ ਵਿੱਚ ਸ਼ਾਮਿਲ ਨੇ ਤਾਂ ਖੁੱਲ ਕੇ ਨਾ ਕਿਉਂ ਨਹੀਂ ਰੱਖੇ ਜਾ ਰਹੇ ਤੇ ਆਹੀ ਸਵਾਲ ਕੱਲ ਜੀ ਮੀਡੀਆ ਵੱਲੋਂ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਪ ਆ ਗਿਆ ਕਿ ਜਿਨੇ ਕੇ ਸਵਸ਼ਤ ਤਰੀਕੇ ਦਾ ਨਾਲ ਕਾਂਗਰਸ ਦੇ ਹੋਰ ਪਾਰਟੀਆਂ ਭਾਜਪੀ ਦੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਿਲੇਸ਼ਨ ਸਮਝਾਏ ਜਾ ਰਹੇ ਹਨ ਤੇ ਇਹ ਵੀ ਜ਼ਰੂਰ ਕਲੀਅਰ ਕੀਤਾ ਜਾਵੇ ਕਿ ਕਿਹੜੇ ਹੋ ਲੀਡਰ ਨੇ ਜਿਨ੍ਹਾਂ ਨੇ ਜਿਹੜਾ ਕਿ ਆ ਪੈਸੇ ਦੇ ਲਈ ਅਪਰੋਚ ਕੀਤਾ ਜਿਨ੍ਹਾਂ ਨੇ ਥ੍ਰੈਟਨ ਕੀਤਾ ਇਹ तमाम ਚੀਜ਼ਾਂ ਇਸ ਤਮਾਨ ਸਾਲ ਜਿਹੜੀ ਕਿ ਕੈਲ ਵੀ ਪੁੱਛੇ ਗਈ ਸੀ ਕਿ ਲੇਕਿਨ ਪੰਜਾਬ ਦੇ ਫਾਈਨੈਂਸ ਮਿਨਿਸਟਰ ਵੱਲੋਂ ਸਾਫ ਤੌਰ ਤੇ ਇਹ ਕਿਹਾ ਗਿਆ ਕਿ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜੇਕਰ ਇਹੋ ਜੀ ਚੀਜ਼ਾਂ ਨੂੰ ਇਹੋ ਜੇ ਨਾ ਜਿਹੜੇ ਕਿ ਪਹਿਲਾਂ ਡਿਸਕਲੋਜ਼ ਕਰ ਦਿੱਤੇ ਗਏ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਜਾਣੇ ਕਿ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਹਜੇ ਤੱਕ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਲੀਗਲ ਪ੍ਰੋਸੀਜਰ ਚੱਲ ਰਿਹਾ ਹੈ ਜਿਹੜਾ ਪੁਲਿਸ ਦਾ ਕੰਮ ਚੱਲ ਰਿਹਾ ਉਸ ਦੇ ਵਿੱਚ ਖਲਾਲ ਪੈਣ ਦੀ ਨਜ਼ਰ ਕਾਫੀ ਚੀਜ਼ਾਂ ਕਲੀਅਰ ਨਹੀਂ ਕਰ ਸਕਦੇ ਲੇਕਿਨ ਸਵਾਲ بار بار ਰਹੀ ਉੱਟ ਰਿਹਾ ਵਿਰੋਧੀ ਧਿਰ ਵੱਲੋਂ ਵੀ ਕਿ ਜਿਹੜੇ ਲੋਕ ਨੇ ਉਹਨਾਂ ਦੇ ਨਾਮ ਡਿਸਕਲੋਜ਼ ਕੀਤੇ ਜਾਣ ਜਿਹੜੇ ਵਿਧਾਇਕ ਸੀਗੇ ਉਹਨਾਂ ਦੇ ਨਾਮ ਡਿਸਕਲੋਜ਼ ਕੀਤੇ ਜਾਣ ਤੇ ਸਬੂਤ ਜਿਹੜੇ ਕੀ ਹੈ ਉਹਨਾਂ ਤੱਕ ਕੀਤੇ ਜਾਣ ਆਪਰੇਸ਼ਨ ਲੋਟਸ ਦੇ ਠੀਕ ਆਰਮੋਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ तमाम ਜਾਣਕਾਰੀ ਦੀ ਸਾਂਝ ਪਾਉਣ ਦੇ ਲਈ